ਫਾਈਨਲ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਅਸੀਂ ਕ੍ਰਿਸਮਸ ਵੀ ਮਨਾ ਰਹੇ ਹਾਂ ਔਰ ਫਾਈਨਲ ਮੈਚ ਵੀ ਦੇਖ ਰਹੇ ਹਾਂ। ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਨਸ਼ਿਆਂ ਤੋਂ ਦੂਰ ਰਹਿਣ ਦੀ ਸਭ ਤੋਂ ਵੱਡੀ ਚੀਜ਼ ਹੈ ਸਪੋਰਟਸ ਔਰ ਸਪੋਰਟਸ ਵਾਸਤੇ ਗੁਪਤਾ ਸਾਹਿਬ, ਚੌਧਰੀ ਸਾਹਿਬ, ਅਮਰ ਮਹਾਜਨ ਜੀ ਔਰ ਇਹਨਾਂ ਦੀ ਸਾਰੀ ਟੀਮ ਨੇ 45 ਟੂਰਨਾਮੈਂਟ ਕਰਨਾ ਕੋਈ ਆਸਾਨ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਪਠਾਨਕੋਟ ਵਿੱਚ ਇੰਨੇ ਵੱਡੇ ਪੱਧਰ ਤੇ ਅਗਰ ਕੋਈ ਟੂਰਨਾਮੈਂਟ ਕਰਵਾ ਸਕਦਾ ਹੈ ਤੇ ਇਹ ਟੀਮ ਵੀ ਕਰਵਾ ਸਕਦੀ ਹੈ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਔਰ ਜਦੋਂ ਵੀ ਕਿਤੇ ਸਵਰਨ ਸਲਾਰੀਆ ਦੀ ਜ਼ਰੂਰਤ ਇਸ ਕਲੱਬ ਦੀ ਟੀਮ ਮੈਂਬਰਾਂ ਨੂੰ ਹੋਏ ਮੈਂ ਦਿਨ ਰਾਤ ਇਹਨਾਂ ਵਾਸਤੇ ਹਾਜ਼ਰ ਹਾਂ। ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ ਔਰ ਸਾਰੇ ਪਲੇਅਰਾਂ ਨੂੰ ਬਹੁਤ ਬਹੁਤ ਵਧਾਈ। ਗ੍ਰੀਨਲੈਂਡ ਕ੍ਰਿਕਟ ਕਲੱਬ ਟੂਰਨਾਮੈਂਟ ਵੱਲੋਂ ਪਠਾਨਕੋਟ ਦੇ ਐਸਡੀ ਕਾਲਜ ਗਰਾਊਂਡ ਵਿੱਚ ਕਰਵਾਏ ਜਾ ਰਹੇ ਕ੍ਰਿਕਟ ਮੈਚ ਦਾ ਫਾਈਨਲ ਰਿਜ਼ਲਟ ਆ ਗਿਆ ਹੈ। ਤੁਹਾਨੂੰ ਦੱਸ ਦਈਏ ਜੇਮਸ 11 ਨੇ ਆਪਣੀ ਜਿੱਤ ਹਾਸਲ ਕਰਕੇ 1 ਲੱਖ ਦੀ ਰਾਸ਼ੀ ਜਿਹੜੀ ਹੈ ਇਨਾਮ ਰਾਸ਼ੀ ਆਪਣੇ ਨਾਮ ਕੀਤੀ ਹੈ ਅਤੇ ਉਹਨਾਂ ਨੇ ਕਠੂਆ 11 ਨੂੰ ਭਾਰੀ ਮਾਤ ਦਿੱਤੀ ਹੈ। ਤੁਹਾਨੂੰ ਦੱਸ ਦਈਏ ਜੇਮਸ 11 ਨੇ ਕਠੂਆ 11 ਨੂੰ 207 ਰਨਾਂ ਤੋਂ ਹਰਾਇਆ ਹੈ। ਜੇਕਰ ਅਸੀਂ ਗੱਲ ਕਰੀਏ ਇਸ ਵਿਸ਼ੇਸ਼ ਮੌਕੇ ਤੇ ਤਾਂ ਇਸ ਵਿਸ਼ੇਸ਼ ਮੌਕੇ ਤੇ ਪਠਾਨਕੋਟ ਦੀ ਜਾਨੀ ਮਾਨੀ ਹਸਤੀ ਅਤੇ ਉਦਯੋਗਪਤੀ ਸਵਰਨ ਸਲਾਰੀਆ ਨੇ ਵਿਸ਼ੇਸ਼ ਰੂਪ ਨਾਲ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇੰਨਾ ਹੀ ਨਹੀਂ ਉਹਨਾਂ ਨੇ ਜਿੱਤਣ ਵਾਲੀ ਟੀਮ ਜੇਮਸ 11 ਨੂੰ 1 ਲੱਖ ਦੀ ਇਨਾਮ ਰਾਸ਼ੀ ਵੀ ਪੇਂਟ ਕੀਤੀ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਨਾਲ ਉਹਨਾਂ ਨੇ ਡਾਕਟਰ ਗੁਰਬਖਸ਼ ਚੌਧਰੀ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਪੀੜ੍ਹੀ ਨੂੰ ਗਾਹਾਂ ਆ ਕੇ ਖੇਡਾਂ ਵਿੱਚ ਰੁਝਾਨ ਦੇਣਾ ਚਾਹੀਦਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਆਓ ਦੇਖਦੇ ਹਾਂ ਇਹ ਖਾਸ ਰਿਪੋਰਟ। ਸਭ ਤੋਂ ਪਹਿਲਾਂ ਇੰਦਰਜੀਤ ਗੁਪਤਾ ਜੀ, ਲਾਈਫ ਪ੍ਰੈਜ਼ੀਡੈਂਟ ਗ੍ਰੀਨ ਕ੍ਰਿਕਟ ਕਲੱਬ, 45th ਫਾਈਨਲ। ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਅਸੀਂ ਕ੍ਰਿਸਮਸ ਵੀ ਮਨਾ ਰਹੇ ਹਾਂ ਔਰ ਫਾਈਨਲ ਮੈਚ ਵੀ ਦੇਖ ਰਹੇ ਹਾਂ। ਮੈਂ ਗੁਰਬਖਸ਼ ਕੈਪਟਨ ਆਪਣੇ ਡਾਕਟਰ ਗੁਰਬਖਸ਼ ਸਿੰਘ ਚੌਧਰੀ ਨੂੰ, ਪਵਨ ਮਹਾਜਨ ਜੀ ਨੂੰ, ਇੰਦਰਜੀਤ ਗੁਪਤਾ ਜੀ ਨੂੰ, ਇਹਨਾਂ ਦੀ ਸਾਰੀ ਟੀਮ ਨੂੰ, ਗ੍ਰੀਨ ਕ੍ਰਿਕਟ ਕਲੱਬ ਦੀ ਜਿੰਨੇ ਵੀ ਮੈਨੇਜਮੈਂਟ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਪਠਾਨਕੋਟ ਵਿੱਚ ਇੰਨੇ ਵੱਡੇ ਪੱਧਰ ਤੇ ਅਗਰ ਕੋਈ ਟੂਰਨਾਮੈਂਟ ਕਰਵਾ ਸਕਦਾ ਹੈ ਤੇ ਇਹ ਟੀਮ ਵੀ ਕਰਵਾ ਸਕਦੀ ਹੈ। ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਔਰ ਜਦੋਂ ਵੀ ਕਿਤੇ ਸਵਰਨ ਸਲਾਰੀਆ ਦੀ ਜ਼ਰੂਰਤ ਇਸ ਕਲੱਬ ਦੀ ਟੀਮ ਮੈਂਬਰਾਂ ਨੂੰ ਹੋਏ ਮੈਂ ਦਿਨ ਰਾਤ ਇਹਨਾਂ ਵਾਸਤੇ ਹਾਜ਼ਰ ਹਾਂ। ਉਹ ਕਿੱਦਾਂ ਦੀ ਵੀ ਹੋਏ ਜ਼ਰੂਰਤ ਉਹਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਤੇ ਪਠਾਨਕੋਟਾਂ ਦੇ ਲੋਕਾਂ ਨੂੰ ਮੈਂ ਕਹਾਂਗਾ ਕਿ ਇਹ ਇਸ ਟੂਰਨਾਮੈਂਟ ਦਾ ਹਿੱਸਾ ਬਣੋ ਤਾਂ ਕਿ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ, ਗੇਮ 'ਚ ਇੰਟਰਸਟ ਲੈਣ ਔਰ ਆਉਣ ਵਾਲਾ ਫਿਊਚਰ ਜਿਹੜਾ ਹੈ ਪਠਾਨਕੋਟ ਦਾ ਬ੍ਰਾਈਟ ਤਦ ਹੀ ਹੋਏਗਾ ਅਗਰ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ। ਔਰ ਨਸ਼ਿਆਂ ਤੋਂ ਦੂਰ ਰਹਿਣ ਦੀ ਸਭ ਤੋਂ ਵੱਡੀ ਚੀਜ਼ ਹੈ ਸਪੋਰਟਸ ਔਰ ਸਪੋਰਟਸ ਵਾਸਤੇ ਗੁਪਤਾ ਸਾਹਿਬ, ਚੌਧਰੀ ਸਾਹਿਬ, ਅਮਰ ਮਹਾਜਨ ਜੀ ਔਰ ਇਹਨਾਂ ਦੀ ਸਾਰੀ ਟੀਮ ਨੇ 45 ਟੂਰਨਾਮੈਂਟ ਕਰਨਾ ਕੋਈ ਆਸਾਨ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈ ਔਰ ਸਾਰੇ ਪਲੇਅਰਾਂ ਨੂੰ ਬਹੁਤ ਬਹੁਤ ਵਧਾਈ ਔਰ ਜਿਹੜੇ ਲੋਕ ਇੱਥੇ ਆ ਕੇ ਚੇਅਰ ਕਰ ਰਹੇ ਨੇ ਮੈਂ ਉਹਨਾਂ ਨੂੰ ਵੀ ਵਧਾਈ ਦਿਆਂਗਾ ਕਿਉਂਕਿ ਪਲੇਅਰਾਂ ਨੂੰ ਇਨਕਰੇਜ ਕਰਨਾ, ਲੋਕ ਆਉਣਗੇ ਦੇਖਣਗੇ ਤੇ ਪਲੇਅਰਾਂ ਦਾ ਵੀ ਥੋੜ੍ਹਾ ਇਨਕਰੇਜਮੈਂਟ ਹੁੰਦੀ ਹੈ। ਮੈਂ ਅੱਜ ਸਾਰੀ ਟੀਮ ਨੂੰ ਇੱਕ ਵਾਰੀ ਫਿਰ ਵਧਾਈ ਦੇਣਾ ਔਰ ਜਿੰਨੇ ਵੀ ਮੇਰੇ ਵਿਊਰ ਤੁਹਾਨੂੰ ਦੇਖ ਰਹੇ ਨੇ ਅੱਜ ਇਹਨਾਂ ਨੂੰ ਮੈਂ ਮੈਰੀ ਕ੍ਰਿਸਮਸ, ਹੈਪੀ ਕ੍ਰਿਸਮਸ। ਆਉਣੇ ਵਾਲਾ ਸਾਲ ਭਗਵਾਨ ਆਪ ਕੋ
ਤੰਦਰੁਸਤੀ ਦੇ ਤਰੱਕੀ ਮੇ ਲੈ ਕੇ ਜਾਏ ਹਰ ਪਰਿਵਾਰ ਕੋ ਇਸੀ ਕੇ ਸਾਥ ਆਪ ਸਭ ਕਾ ਬਹੁਤ ਬਹੁਤ ਧੰਨਵਾਦ ਨਮਸਕਾਰ ਧੰਨਵਾਦ। ਆਜ ਹਮਾਰੇ ਗ੍ਰੀਨਲੈਂਡ ਕ੍ਰਿਕਟ ਟੂਰਨਾਮੈਂਟ ਕੇ 2020 ਕਾ ਫਾਈਨਲ ਮੈਚ ਖੇਲਾ ਜਾ ਰਹਾ ਹੈ ਇਸੀ ਸਕੂਲ ਕੇ ਗਰਾਊਂਡ ਮੇ, ਜਿਸ ਮੇ ਕਠੂਆ 11 ਔਰ ਜੈਮਸ 11 ਕੇ ਬੀਚ ਮੇ ਮੈਚ ਖੇਲਾ ਜਾ ਰਹਾ ਹੈ। ਪਹਿਲੀ ਪਾਰੀ ਮੇ ਉਨ੍ਹਾਂ ਨੇ 207 ਰਨ ਬਣਾਏ ਜੈਮਸ 11 ਮੇ, ਜਿਸ ਕੋ ਡਿਫੈਂਡ ਕਰ ਰਹੀ ਹੈ ਕਠੂਆ 11। ਉਨਕੇ ਆਲਰੇਡੀ 5-6 ਪਲੇਅਰਸ ਆਊਟ ਹੋ ਚੁੱਕੇ ਹੈ ਔਰ ਆਜ ਇਸ ਸ਼ੁਭ ਦਿਨ ਪੇ ਹਮਾਰਾ ਇਸ ਮੈਚ ਕਾ ਸ਼ੁਭਾਰੰਭ ਕਰਨੇ ਕੇ ਲਈ ਔਰ ਫਾਈਨਲ ਮੈਚ ਕੇ ਲਈ ਹਮਾਰੇ ਬੀਚ ਮੇ ਇੱਕ ਨੋਨ ਨਾਮ ਸਵਰਨ ਸਲਾਰੀਆ ਜੀ, ਜੋ ਕਿ ਉਦਯੋਗਪਤੀ ਔਰ ਸਮਾਜ ਸੇਵਕ ਹੈ, ਹਮਾਰੇ ਬੀਚ ਮੇ ਆਏ ਹੈ। ਮੈਂ ਆਪਣੀ ਤਰਫ ਸੇ ਆਪਣੇ ਪੂਰੇ ਕਲੱਬ ਕੀ ਤਰਫ ਸੇ ਉਨਕਾ ਯਹਾਂ ਆਨੇ ਪਰ ਧੰਨਵਾਦ ਕਰਤਾ ਹੂੰ, ਉਨਕਾ ਸਵਾਗਤ ਕਰਤਾ ਹੂੰ ਔਰ ਆਸ਼ਾ ਕਰਤਾ ਹੂੰ ਕਿ ਆਨੇ ਵਾਲੇ ਟਾਈਮ ਮੇ ਜੋ ਬਾਕੀ ਕਾ ਮੈਚ ਹੈ ਉਹ ਬੜੀਆ ਚਲੇਗਾ। ਪੂਰਾ ਗਰਾਊਂਡ ਦਰਸ਼ਕੋਂ ਸੇ ਭਰਾ ਹੁਆ ਹੈ ਔਰ ਹਮੇ ਇਸੀ ਬਾਤ ਮੇ ਬਹੁਤ ਖੁਸ਼ੀ ਹੈ ਕਿ ਹਮ ਸੋਰੇਨ ਸਲਾਰੀਆ ਜੀ ਜੈਸੀ ਹਸਤੀਆਂ ਜੋ ਹੈ ਉਨਕੇ ਸਹਿਯੋਗ ਸੇ ਹਮ ਪਠਾਨਕੋਟ ਵਾਸੀਓਂ ਕੋ ਇਹ ਉੱਚ ਸਤਰ ਕਾ ਕ੍ਰਿਕਟ ਔਰ ਗੇਮ ਦਿਖਾ ਪਾ ਰਹੇ ਹੈ। ਇਸਕੇ ਲਈ ਮੈਂ ਫਿਰ ਸੇ ਸੋਰੇਨ ਸਲਾਰੀਆ ਜੀ ਕਾ ਦਿਲ ਸੇ ਧੰਨਵਾਦ ਕਰਤਾ ਹੂੰ। ਥੈਂਕ ਯੂ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।